ਇਹਨੂੰ ਕਿਸੇ ਤਰ੍ਹਾਂ ਦੀ ਵੀ ਗੁਰਦੁਆਰਾ ਸਾਹਿਬ ਨੂੰ ਆਂਚ ਨਹੀਂ ਆਉਣ ਦਿੱਤੀ ਜਾਊਗੀ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ, ਨਾ ਕਿਸੇ ਦਾ ਮੰਦਰ ਤੋੜਿਆ, ਨਾ ਉੱਥੇ ਕਿਸੇ ਦੀ ਮਸੀਤ ਤੋੜੀ ਆ। ਕੋਈ ਹੱਲਾ ਗੁੱਲਾ ਇੱਦਾਂ ਦਾ ਕਰਦੀ ਹੈ ਸਰਕਾਰ ਗਲੱਡ ਵਾਲੇ, ਇਹ ਵਾਰ ਵਾਰ ਸਾਨੂੰ ਪਰਖਣ ਦੀਆਂ ਕੋਸ਼ਿਸ਼ਾਂ ਨਾ ਕਰੋ। ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਜੀ ਜਮਾਲਪੁਰ ਅਵਾਣਾ ਨੂੰ ਨਜਾਇਜ਼ ਕਰਾਰ ਦਿੰਦੇ ਹੋਏ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਜੋ ਨੋਟਿਸ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਆਇਆ ਸੀ, ਉਸ ਸੰਬੰਧੀ ਇਸ ਜ਼ਮੀਨ ਦੀ ਮਾਲਕੀਅਤ ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ ਦੇ ਨਾਮ 'ਤੇ ਕਰਨ ਸੰਬੰਧੀ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਰਵਿਦਾਸ ਜੀ ਜਮਾਲਪੁਰ ਅਵਾਣਾ ਅਤੇ ਸਤਿਗੁਰ ਰਵਿਦਾਸ ਜੀ ਨਾਮ ਲੇਵਾ ਸੰਗਤ ਵੱਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ, ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਗਲਾਡਾ ਦੇ ਅਫਸਰਾਂ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਪ੍ਰਸ਼ਾਸਨ ਗੁਰਦੁਆਰਾ ਸਾਹਿਬ ਨੂੰ ਨਾਜਾਇਜ਼ ਕਰਾਰ ਦੇ ਕੇ ਹੱਲਾ ਗੁੱਲਾ ਕਰਦੀ ਹੈ ਤਾਂ ਪੂਰਾ ਸਿੱਖ ਸਮਾਜ, ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਸੇਵਕ ਇਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਜਾਣ 'ਤੇ ਖੇਡ ਕੇ ਵੀ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦੇਣਗੀਆਂ। ਅੱਜ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਜੋ ਹੈਗਾ ਜਮਾਲਪੁਰ ਦੇ ਪਿੰਡ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਸੀ ਪੀ ਸਾਹਿਬ ਅਤੇ ਡੀ ਸੀ ਸਾਹਿਬ ਨੂੰ ਅਤੇ ਗਲਾਡਾ ਦੇ ਅਫਸਰਾਂ ਨੂੰ ਮਿਲਣ ਆਏ ਸੀਗੇ, ਕਿਉਂਕਿ ਉਹਨਾਂ ਨੂੰ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹਨੂੰ ਇੱਕ ਨੋਟਿਸ ਭੇਜਿਆ ਸੀਗਾ ਉਹਨੂੰ ਢਵਾਉਣ ਦੇ ਸੰਬੰਧ ਵਿੱਚ। ਪਰ ਉਹਦੇ ਵਿੱਚ ਕੱਲ੍ਹ ਅਸੀਂ ਮੀਟਿੰਗ ਕੀਤੀ ਸੀ ਪਾਰਟੀ ਵੱਲੋਂ ਕਿ ਇਹਦੇ ਵਿੱਚ ਜੇ ਕੋਈ ਹੱਲਾ ਗੁੱਲਾ ਇੱਦਾਂ ਦਾ ਕਰਦੀ ਹੈ ਸਰਕਾਰ ਗਲੱਡ ਵਾਲੇ ਤਾਂ ਪੂਰਾ ਜਿਹੜਾ ਸਿੱਖ ਸਮਾਜ ਹੈ ਔਰ ਜਿਹੜੇ ਗੁਰਦਾਸ ਭਗਤ ਜੀ ਦੇ ਸਾਰੇ ਸੇਵਕ ਹੈ ਔਰ ਬਹੁਜਨ ਸਮਾਜ ਪਾਰਟੀ ਰਲ ਕੇ ਇਹਨੂੰ ਕਿਸੇ ਤਰ੍ਹਾਂ ਦੀ ਵੀ ਗੁਰਦੁਆਰਾ ਸਾਹਿਬ ਨੂੰ ਆਂਚ ਨਹੀਂ ਆਉਣ ਦਿੱਤੀ ਜਾਊਗੀ। ਅੱਜ ਇਸੇ ਤਹਿਤ ਲੜੀ ਦੇ ਤਹਿਤ ਡੀ ਸੀ ਸਾਹਿਬ ਨੂੰ ਮਿਲੇ ਆ ਔਰ ਸੀ ਪੀ ਸਾਹਿਬ ਨੂੰ ਮਿਲੇ ਆ ਔਰ ਉਹ ਡੀ ਸੀ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਇਹੋ ਜਿਹੀ ਕਾਰਵਾਈ ਕੋਈ ਨਹੀਂ ਹੋਊਗੀ ਔਰ ਸੀ ਪੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਕਿ ਇਹੋ ਜਿਹੀ ਕਾਰਵਾਈ ਨਹੀਂ ਕੋਈ ਹੋਊਗੀ ਗੁਰਦੁਆਰਾ ਸਾਹਿਬ ਦੇ ਨਾਲ। ਇਸੇ ਲੜੀ ਦੇ ਤਹਿਤ ਹੀ ਅਸੀਂ ਅੱਜ ਗਲਾਡਾ ਨੂੰ ਵੀ ਮਿਲਣ ਜਾ ਰਹੇ ਹਾਂ, ਕਿਉਂਕਿ ਜਿਹੜੀਆਂ ਸਾਡਾ ਗੁਰਦੁਆਰਾ ਸਾਹਿਬ ਹੈ ਇਹਦੇ ਨਾਲ ਸਾਡੀਆਂ ਧਾਰਮਿਕ ਸੰਸਥਾ ਹੈ ਜਿਹੜੀ ਇਹਦੇ ਨਾਲ ਸਾਡੇ ਜਿਹੜੇ ਆ ਸਿੱਖ ਸਮਾਜ ਦੇ ਗੁਰੂ ਰਵਿਦਾਸ ਦੀਆਂ ਸੰਸਥਾ ਉਹਦੇ ਨਾਲ ਸਾਰੇ ਸਮਾਜ ਦੇ ਸਾਰੇ ਲੋਕ ਇਹਦੇ ਨਾਲ ਜੁੜੇ ਹੋਏ ਆ, ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਆ, ਇਹਨਾਂ 'ਤੇ ਆਸਥਾ ਰੱਖਦੇ ਹਾਂ ਅਸੀਂ। ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਇਹਦੇ ਨਾਲ ਕੋਈ ਸਾਡੇ ਗੁਰੂ ਸਾਹਿਬ ਦੇ ਨਾਲ ਇਹੋ ਜਿਹੀ ਗੱਲ ਹੋਵੇ ਪੰਜਾਬ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਅਸੀਂ ਹੋਣ ਹੀ ਨਹੀਂ ਦੇਵਾਂਗੇ। ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਇਹਦੇ ਵੱਲ ਧਿਆਨ ਦੇ ਕੇ ਤੁਰੰਤ ਇਹਦਾ ਮਸਲਾ ਹੱਲ ਕੀਤਾ ਜਾਵੇ। ਜੇ ਕੋਈ ਇਹਦੇ ਵਿੱਚ ਨਾ ਹੋਣ ਦੀ ਕੋਈ ਗੱਲ ਹੈਗੀ ਆ, ਸਰਕਾਰ ਧਿਆਨ ਦੇ ਕੇ ਉਹ ਜਗ੍ਹਾ ਨੂੰ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਨਾਲ ਨਾ ਕਰਕੇ ਅਤੇ ਆਪਦਾ ਜਿਹੜਾ ਵਾਹਵਾ ਖੱਟ ਸਕਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਅੱਜ ਸਾਰੇ ਵੀਰ ਅਸੀਂ ਇਕੱਠੇ ਹੋਏ ਹਾਂ ਗੁਰੂ ਘਰ ਦੇ ਵਾਸਤੇ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਇਤਿਹਾਸ ਆ ਨਾ, ਇਹ ਇਹਨਾਂ ਦੇ ਦਿਮਾਗ ਦੇ ਵਿੱਚ ਵਾਰ ਵਾਰ ਇਹ ਭੁੱਲ ਜਾਂਦੇ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਨਾ ਗੁਰੂ ਗੋਬਿੰਦ ਸਿੰਘ ਨੇ, ਉਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ, ਨਾ ਕਿਸੇ ਦਾ ਮੰਦਰ ਤੋੜਿਆ, ਨਾ ਉੱਥੇ ਕਿਸੇ ਦੀ ਮਸੀਤ ਤੋੜੀ ਆ। ਉਹ ਉੱਦਾਂ ਹੀ ਅੱਜ ਵੀ ਸਰਹੰਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹ ਵਾਰ ਵਾਰ ਸਾਨੂੰ ਪਰਖਣ ਦੀਆਂ ਕੋਸ਼ਿਸ਼ਾਂ ਨਾ ਕਰੋ ਅਤੇ ਸਾਨੂੰ ਇਹ ਮਾਲਕੀਅਤ ਪੁੱਛਦੇ ਆ, ਕਹਿੰਦੇ ਵੀ ਇਹ ਤੁਹਾਡੀ ਮਾਲਕੀਅਤ ਹੈ, ਇਹਦੀ ਜਗ੍ਹਾ ਦੀ ਮਾਲਕੀਅਤ ਦਿਖਾਓ। ਜਿੱਦਣ ਅਸੀਂ ਇਹਨਾਂ ਨੂੰ ਮਾਲਕੀਅਤ ਪੁੱਛਣ ਲੱਗ ਗਏ ਨਾ ਵੀ ਜਿਹੜੇ ਚੌਂਕਾਂ ਦੇ ਵਿੱਚ ਤੁਸੀਂ ਮੰਦਰ ਬਣਾ ਕੇ ਬੈਠੇ ਹੋ, ਜਗ੍ਹਾ ਤੁਸੀਂ ਰੋਕੀ ਫਿਰਦੇ ਹੋ ਸਰਕਾਰੀ, ਉਹਨਾਂ ਦੀ ਮਾਲਕੀਅਤ ਜਿੱਦਣ ਅਸੀਂ ਪੁੱਛਣ ਲੱਗ ਗਏ ਤੁਹਾਡੇ ਕੋਲ ਜਵਾਬ ਨਹੀਂ ਮਿਲਣਾ। ਤਾਂ ਕਰਕੇ ਭਲੀ ਭਾਤੀ ਤੁਸੀਂ ਜਾਣਦੇ ਹੋ ਇਹ ਕੰਮ ਨਾ ਛੇੜੋ, ਇਹਦਾ ਅੰਜਾਮ ਬਹੁਤ ਬੁਰਾ ਹੋਊਗਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।